ਬੜੇ ਸੰਦੀਪ ਚਲੋ ਅੰਦਰ ਜਾ ਕੇ ਦਹਾ ਦੇਣੀ ਹੈ ਤੂੰ ਐ ਵੇਲੇ ਕੱਲੀ ਆ ਗਈ ਤੇ ਜਿੰਦਰ ਨੂੰ ਆਇਆ ਤੇਰੇ ਨਾਲ ਬਸ ਹੁਣ ਜੀ ਮੇਰਾ ਦਿਲ ਕੀਤਾ ਤੇ ਆ ਗਈ ਮੈਂ ਤੇ 4 ਦਿਨ ਤੇ ਤੇਰੇ ਵਿਆਹ ਨੂੰ ਹੋਏ ਆ ਜੇ ਅਸੀਂ ਤੇ ਤਿਆਰੀਆਂ ਕਰਦੇ ਤੈਨੂੰ ਲੈਣ ਜਾਣ ਦੀਆਂ ਤੇ ਤੂੰ ਪਹਿਲੇ ਆ ਨਾ ਹੁਣ ਜੀ ਕੋਈ ਨਹੀਂ ਤੇ ਬਾਅਦ ਚ ਤੇ ਆਉਣਾ ਸੀ ਅਸੀਂ ਤੈਨੂੰ ਲੈਣ ਜਾਣਾ ਸੀ ਫੇਰ ਆਉਣਾ ਸੀ ਤੁਹਾਡੇ ਨਾਲ ਫੇਰ ਉਹਨਾਂ ਲੈਣ ਆਉਣਾ ਸੀਗਾ ਤੂੰ ਪਹਿਲੇ ਹੀ ਆ ਗਈ ਤੂੰ ਕੱਲੀ ਚੁੱਕ ਕੇ ਬੈਗ ਆਪਣਾ ਬਸ ਹੁਣ ਜੀ ਮੈਂ ਕਿਹਾ ਨਾ ਮੇਰਾ ਦਿਲ ਕੀਤਾ ਤੇ ਆ ਗਈ ਮੈਂ ਐਡੀ ਕਿਹੜੀ ਗੱਲ ਹੋ ਗਈ ਤੇਰਾ ਦਿਲ ਕੀਤਾ ਭੱਜਣ ਨੂੰ ਛੇਤੀ ਨਾ ਉੱਥੋਂ ਮੰਮੀ ਜੀ ਮੈਨੂੰ ਬਹੁਤ ਸਵਾਲ ਨਾ ਪੁੱਛੋ ਮੈਂ ਹੁਣ ਉਸ ਘਰ ਵਿੱਚ ਕਦੀ ਵੀ ਨਹੀਂ ਜਾਣਾ ਹੈਗਾ ਕਿਉਂ ਨਹੀਂ ਜਾਣਾ ਸੰਦੀਪ ਕੁਝ ਪਤਾ ਤਾਂ ਲੱਗੇ ਕਿਉਂ ਨਹੀਂ ਜਾਣਾ ਬਸ ਮੰਮੀ ਜੀ ਮੈਂ ਕਹਤਾ ਨਾ ਮੈਂ ਨਹੀਂ ਜਾਣਾ ਸੰਦੀਪ ਆਇਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਠੀਕ ਠਾਕ ਹੋ ਹਾਂਜੀ ਕਦੋਂ ਆਈ ਆ ਮੈਂ ਅੱਗੇ ਕਹਿ ਰਿਹਾ ਬੈਲ ਵੱਜੀ ਆ ਕੋਈ ਨਾ ਕੋਈ ਆਇਆ ਹੁਣੇ ਤੇ ਆਈ ਉਹ ਤਾਂ ਪੁੱਛਣ ਡਈ ਆ ਵੀ ਕਿਉਂ ਆ ਗਈ ਕੱਲੀ ਆ ਵੇੜੇ ਜੇ 4 ਦਿਨ ਤੇ ਵਿਆਹ ਨੂੰ ਹੋਏ ਆ ਤੇ ਗੱਲ ਕੀ ਆ ਹੋਏ ਗੱਲ ਦਾ ਕੀ ਪਤਾ ਕੋ ਦੱਸਿਆ ਨਹੀਂ 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 ਡਰ ਜੀ ਬਸ ਮੈਂ ਜਾਣਾ ਨਹੀਂ ਹੁਣ ਉੱਥੇ ਬੈਠੇ ਜਾਣਾ ਕਿਉਂ ਨਹੀਂ ਕੋਈ ਦੱਸੇਗੀ ਤਾਂ ਹੀ ਸਾਨੂੰ ਪਤਾ ਲੱਗੂਗਾ ਬਸ ਮੈਨੂੰ ਚੰਗਾ ਨਹੀਂ ਲੱਗਿਆ ਹੈਗੇ ਚੰਗਾ ਕੌਣ ਨਹੀਂ ਲੱਗਾ ਬੇਟਾ ਤੈਨੂੰ ਸੱਸ ਨਹੀਂ ਚੰਗੀ ਸਹੁਰਾ ਨਹੀਂ ਚੰਗਾ ਘਰ ਵਾਲਾ ਨਹੀਂ ਚੰਗਾ ਕੌਣ ਨਹੀਂ ਚੰਗਾ ਘਰ ਵਾਲਾ ਨਹੀਂ ਚੰਗਾ ਹੈਗਾ ਕੀ ਕਹਿੰਦਾ ਉਹ ਤੈਨੂੰ ਉਹ ਗੱਲ ਨਾ ਹੀ ਪੁੱਛੋ ਮੰਮ ਜੀ ਰਹਿਣ ਦਿਓ ਤੁਸੀਂ ਤੇ ਕੋਈ ਦੱਸੇਗੀ ਤੁਹਾਨੂੰ ਫੇਰ ਹੀ ਪਤਾ ਲੱਗੂਗਾ ਨਾ ਫੇਰ ਹੀ ਸਾਨੂੰ ਕੁਛ ਲੱਗੂਗਾ ਫੇਰ ਹੀ ਅਸੀਂ ਜਾ ਕੇ ਉਹਨਾਂ ਨਾਲ ਕੋਈ ਗੱਲ ਕਰਾਂਗੇ ਜੇ ਦੱਸੇਗੀ ਨਾ ਤੇ ਸਾਨੂੰ ਕੀ ਪਤਾ ਲੱਗੂ ਕੀ ਹੋਇਆ ਵਾ ਬਸ ਜੋ ਮਰਜ਼ੀ ਹੋ ਤੇ ਡੈਡੀ ਜੀ ਮੈਂ ਨਹੀਂ ਜਾਣਾ ਹੁਣ ਉੱਥੇ ਸੰਦੀਪ ਤੂੰ ਕਿੱਡੇ ਆਰਾਮ ਨਾਲ ਕਹਿਤਾ ਡੈਡੀ ਜੀ ਮੈਂ ਨਹੀਂ ਜਾਣਾ ਤੈਨੂੰ ਪਤਾ ਤੇ ਪਹਿਲੀ ਗੱਲ ਤੇਰਾ ਰਿਸ਼ਤਾ ਕਿੱਦਾਂ ਲੱਭਿਆ ਪੂਰੇ 5 ਸਾਲ ਹੋ ਗਏ ਆ ਫਿਰ ਵਿਆਹ ਤੇ ਤੇਰਾ ਕਿੰਨਾ ਖਰਚਾ ਹੋਇਆ ਇਹ ਗੁੱਡੀ ਗੁੱਡੇ ਦਾ ਖੇਡ ਨਹੀਂ ਹੈ ਬੇਟਾ ਕਿ ਜਦੋਂ ਮਰਜ਼ੀ ਗੁੱਡੀ ਬਣਾ ਲਓ ਤਾਂ ਗੁੱਡੀ ਪਟਾ ਦਿਓ ਜੇ ਤੂੰ ਆਪਣੇ ਘਰ ਨਹੀਂ ਨਾ ਜਾਣਾ ਉੱਥੇ ਨਹੀਂ ਰਹਿਣਾ ਤੇ ਇਹ ਘਰ 'ਚ ਵੀ ਨਹੀਂ ਤੈਨੂੰ ਅਸੀਂ ਰੱਖਣਾ ਨਹੀਂ ਤਾਂ ਫਿਰ ਸਾਨੂੰ ਦੱਸ ਵੀ ਤੇਰੇ ਨਾਲ ਕੀ ਵਾਪਰੀ ਕੀ ਹੋਇਆ ਤੈਨੂੰ ਉੱਥੇ ਆਹੋ 4-5 ਦਿਨ 'ਚ ਤੇਰੇ ਨਾਲ ਕੋਈ ਗੱਲ ਹੋਈ ਹੋਊਗੀ ਤਾਂ ਤੂੰ ਆ ਗਈ ਆ ਚਲੋ ਠੀਕ ਆ ਡੈਡੀ ਜੀ ਜੇ ਤੁਸੀਂ ਕਹਿੰਦੇ ਜੇ ਨਾ ਤਾਂ ਫਿਰ ਮੈਂ ਤੁਹਾਨੂੰ ਦੱਸ ਹੀ ਦਿੰਦੀ ਹਾਂ ਵਿਆਹ ਦੇ ਦੂਜੇ ਦਿਨ ਹੀ ਨਾ ਘਰ ਤਾਂ ਬਹੁਤ ਸੋਹਣਾ ਵਾ ਮੈਨੂੰ ਜਿੱਦਾਂ ਦਾ ਚਾਹੀਦਾ ਹੈਗਾ ਉਹੋ ਜਿਹਾ ਹੀ ਆ ਬਹੁਤ ਵੱਡਾ ਘਰ ਆ ਹਾਂ ਸੁਭਾਅ ਵੀ ਸੁਭਾਅ ਵੈਸੇ ਹਜੇ ਮੈਨੂੰ ਪਤਾ ਤਾਂ ਨਹੀਂ ਆ ਹੁਣ ਇੱਕ ਦਿਨ 'ਚ ਕੀ ਪਤਾ ਲੱਗਦਾ ਕਿੱਦਾਂ ਦਾ ਸੁਭਾਅ ਇਹਨਾਂ ਦਾ ਹੌਲੀ ਹੌਲੀ ਲੱਗ ਜਾਏਗਾ ਪਤਾ ਆਪੇ ਹਾਂ ਚੱਲ ਠੀਕ ਆ ਆ ਗਏ ਤੇਰੇ ਭਾਅ ਜੀ ਬਾਅਦ 'ਚ ਕਰਾਂਗੇ ਗੱਲ ਕੱਲ੍ਹ ਨੂੰ ਫਿਰ ਚੱਲ ਠੀਕ ਆ ਓਕੇ ਬਾਏ ਆ ਗਏ ਹਾਂਜੀ ਹੋਰ ਬੋਰ ਤਾਂ ਨਹੀਂ ਹੋ ਰਹੇ ਨਹੀਂ ਨਹੀਂ ਹੁਣ ਮੇਰੇ ਫਰੈਂਡ ਦਾ ਫੋਨ ਆਉਂਦਾ ਉਹਨਾਂ ਗੱਲ ਕਰਨੀ ਸੀ ਅੱਛਾ ਅੱਛਾ ਯਾਰ ਮੈਂ ਵੀ ਤੁਹਾਡੇ ਨਾਲ ਨਾ ਇੱਕ ਜ਼ਰੂਰੀ ਗੱਲ ਕਰਨੀ ਸੀਗੀ ਜ਼ਰੂਰੀ ਗੱਲ ਦੱਸੋ ਨਹੀਂ ਕੋਈ ਇੰਨੀ ਖਾਸ ਜ਼ਰੂਰੀ ਨਹੀਂ ਹੈ ਮੈਂ ਬਸ ਇਹੀ ਕਹਿਣਾ ਸੀਗਾ ਕਿ ਜਿੱਦਾਂ ਆਪਾਂ ਹੁਣ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹਾਂ ਹਾਂਜੀ ਅਤੇ ਜੋ ਵੀ ਮਤਲਬ ਸਾਡੇ ਘਰ ਦੀ ਗੱਲਬਾਤ ਆ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਬਾਅਦ ਵਿੱਚ ਫਿਰ ਇਹਨਾਂ ਛੋਟੀਆਂ ਛੋਟੀਆਂ ਗੱਲਾਂ 'ਤੇ ਲੜਾਈ ਨਾ ਹੋਵੇ ਅੱਛਾ ਹਾਂਜੀ ਜਿੱਦਾਂ ਇੱਕੋ ਹੀ ਗੱਲ ਆ ਬਸ ਮੇਨ ਕਿ ਸਾਡੇ ਘਰ ਨਾ ਸਾਰੇ 5 ਵਜੇ ਸਵੇਰੇ ਉੱਠ ਜਾਂਦੇ ਆ ਅਤੇ ਤੁਸੀਂ ਵੀ ਸਵੇਰੇ 5 ਵਜੇ ਸਵੇਰੇ ਉੱਠ ਜਾਇਆ ਕਰੋ ਠੀਕ ਆ 5 ਵਜੇ ਮੈਂ ਤਾਂ ਆਪਣੇ ਘਰ ਕਦੀ ਉੱਠੀ ਨਹੀਂ 5 ਵਜੇ ਹਮੇਸ਼ਾ ਰੋਜ਼ 7-7:30 ਇੱਥੇ ਕਿ ਜੇ ਹੋ ਜਾਂਦਾ ਸੀ ਟਾਈਮ ਚਲੋ ਕੋਈ ਨਹੀਂ ਮੈਂ ਹੌਲੀ ਹੌਲੀ ਐਡਜਸਟ ਕਰ ਲਵਾਂਗੀ ਚਲੋ ਠੀਕ ਹੈ ਜੀ ਵਧੀਆ ਲੱਗਾ ਸੁਣ ਕੇ ਠੀਕ ਹਾਂਜੀ ਤੁਹਾਡਾ ਕੋਈ ਸਵਾਲ ਜਾਂ ਕੋਈ ਇੱਦਾਂ ਦੀ ਗੱਲ ਹੋਏ ਕੋਈ ਨਹੀਂ ਨਹੀਂ ਮੇਰੀ ਨਹੀਂ ਹੈ ਕੋਈ ਗੱਲ ਬਸ ਇਹੋ ਹੀ ਹੁਣ ਹੌਲੀ ਹੌਲੀ ਐਡਜਸਟ ਹੋਵਾਂਗੀ ਇੰਨਾ 1-2 ਦਿਨ ਤਾਂ ਲੱਗਦਾ ਹੀ ਹਰ ਕਿਸੇ ਨੂੰ ਚਲੋ ਠੀਕ ਹੈ ਜੀ ਠੀਕ ਹੈ ਸੰਦੀਪ ਹਾਂ 5:30 ਹੋ ਗਏ ਆ 5:30 ਹੋ ਗਏ ਆ ਮੈਂ ਰਾਤੀ ਸਮਝਾਇਆ ਸੀ ਨਾ ਵੀ ਸਾਡੇ ਘਰ ਦਾ ਰੂਲ ਆ 5 ਵਜੇ ਉੱਠਣਾ ਆ
ਸੌਰੀ ਤੇ ਜਿੰਦੇ ਅੱਜ ਪਹਿਲਾ ਦਿਨ ਹੀ ਹੌਲੀ ਹੌਲੀ ਯਾਰ ਫਿਰ ਸਮਝਾਉਣ ਦਾ ਕੀ ਫਾਇਦਾ ਜੇ ਪਹਿਲਾ ਦਿਨ ਹੀ ਤੇ ਅਲਾਰਮ ਨਹੀਂ ਲਾ ਸਕਦੇ ਤੁਸੀਂ ਹੌਲੀ ਹੌਲੀ ਹੋ ਜਾਣਗੇ ਐਡਜਸਟ ਜੇ ਤੁਸੀਂ ਮੇਰੀ ਪਹਿਲੀ ਵਾਰੀ ਗੱਲ ਨਹੀਂ ਮੰਨੀ ਤੇ ਗਾਂਹ ਗਾਂਹ ਕਿੱਦਾਂ ਲਾਈਫ 'ਚ ਮੰਨੋਗੇ ਜਦੋਂ ਮੈਂ ਕਿਹਾ 5 ਵਜੇ ਉੱਠਣਾ ਮੰਨ ਲਓ 5 ਵਜੇ ਉੱਠਣਾ ਸੀ ਇਹ 'ਚ ਗੁੱਸਾ ਕਰਨ ਵਾਲੀ ਕਰੀ ਅੱਧਾ ਘੰਟਾ ਲੇਟ ਉੱਠੇ ਤੁਸੀਂ ਫਿਰ ਕੀ ਹੋ ਗਿਆ ਅੱਧਾ ਘੰਟਾ ਹੀ ਆ ਫਿਰ ਕੀ ਕਿਉਂ ਨਹੀਂ ਕੁਛ ਹੋਇਆ ਬੰਦਾ ਪਹਿਲੀ ਵਾਰੀ ਤੇ ਚਾਹ ਨਾਲ ਹੀ ਗੱਲ ਮੰਨ ਲੈਂਦਾ ਵੀ ਚੱਲ ਪਹਿਲੀ ਵਾਰੀ ਮੈਨੂੰ ਕੋਈ ਗੱਲ ਕਹੀ ਹੈ ਤੇ ਤੁਸੀਂ ਤਾਂ ਇਹ ਗੱਲ ਨਹੀਂ ਸਮਝਦੇ ਜੇ ਨਾ ਹੁਣ ਹੌਲੀ ਹੌਲੀ ਟਾਈਮ ਤਾਂ ਲੱਗਣਾ ਹੀ ਹੈ ਨਾ ਹਜੇ ਪਹਿਲਾ ਦਿਨ ਤਾਂ ਹੋਇਆ ਵਾ ਮੈਂ ਇੱਦਾਂ ਨਹੀਂ ਬਿਲਕੁਲ ਚਾਹੁੰਦਾ ਠੀਕ ਹੈ ਇੱਦਾਂ ਆਪਣੀ ਲਾਈਫ ਨਹੀਂ ਚੱਲ ਸਕਦੀ ਜਿਹੜੀ ਗੱਲ ਮੈਂ ਕਹਿਤੀ ਆ ਉਹ ਕਰਨੀ ਪੈਣੀ ਆ ਭਾਵੇਂ ਉਹ ਗਲਤ ਹੈ ਅਤੇ ਭਾਵੇਂ ਸਹੀ ਆ ਠੀਕ ਆ ਕੱਲ੍ਹ ਤਾਂ 5 ਵਜੇ ਉੱਠ ਜਾਂਦੇ ਉੱਠੋ ਜਲਦੀ ਜਲਦੀ ਹੁਣ ਆਹ ਗੱਲ ਸੀ ਡੈਡੀ ਜੀ ਠੀਕ ਆ ਬੇਟਾ ਕੋਈ ਗੱਲ ਨਹੀਂ ਘਰਾਂ ਦੇ ਵਿੱਚ ਛੋਟੀ ਮੋਟੀ ਗੱਲ ਤਾਂ ਹੁੰਦੀ ਰਹਿੰਦੀ ਆ ਡੈਡੀ ਜੀ ਗੱਲ ਤਾਂ ਹੁੰਦੀ ਆ ਪਰ ਜਿਹੜਾ ਬੰਦਾ ਵਿਆਹ ਦੇ ਦੂਜੇ ਦਿਨ ਹੀ ਨਹੀਂ ਆਪਣੇ ਗੁੱਸੇ 'ਤੇ ਕੰਟਰੋਲ ਕਰ ਸਕਿਆ ਉਹ ਬਾਅਦ 'ਚ ਕੀ ਕਰੇਗਾ ਨਾ ਤੁਸੀਂ ਸੁਣਿਆ ਹੀ ਆ ਵਿਆਹ ਦੇ ਪਹਿਲੇ 6 ਮਹੀਨੇ ਹਰ ਇੱਕ ਦੇ ਸੁਨਹਿਰੀ ਦਿਨ ਹੁੰਦੇ ਆ ਕਿੰਨੇ ਚਾਵਾਂ ਨਾਲ ਲੋਕ ਇਹਨਾਂ ਨੂੰ ਹੱਸਦੇ ਖੇਡਦੇ ਆ ਅਤੇ ਪਰ ਉਹ ਗੁੱਸਾ ਕਰਦੀ ਜਾਂਦਾ ਦੂਜੇ ਦਿਨ ਹੀ ਮੈਂ ਉਹਦੇ ਨਾਲ ਨਹੀਂ ਰਹਿ ਸਕਦੀ ਡੈਡੀ ਜੀ ਹੁਣ ਤੁਸੀਂ ਦੱਸ ਦਿਓ ਕੀ ਕਰਨਾ ਵਾ ਜੇ ਤੁਸੀਂ ਮੈਨੂੰ ਇੱਥੇ ਰੱਖਣਾ ਚਾਹੁੰਦੇ ਜੇ ਠੀਕ ਆ ਨਹੀਂ ਤਾਂ ਮੈਂ ਚੱਲ ਜਾਂਦੀ ਉੱਥੇ ਹੀ ਬੇਟਾ ਜੀ ਇਹ ਗੱਲ ਹੈ ਨਾ ਗੁੱਸੇ ਵਾਲਾ ਬੰਦਾ ਕਦੀ ਵੀ ਆਪਣੀ ਜ਼ਿੰਦਗੀ ਨੂੰ ਸੁਧਾਰ ਨਹੀਂ ਸਕਦਾ ਹਾਂਜੀ ਤੇਰੇ ਹੀ ਗੱਲ ਤੇਰੇ ਇੱਥੇ ਰਹਿਣ ਦੀ ਤੂੰ ਇੱਥੇ ਰਹਿ ਇਹ ਤੇਰਾ ਆਪਣਾ ਘਰ ਵਾ ਜਿੱਦਾਂ ਮਰਜ਼ੀ ਖੁਸ਼ੀ ਖੁਸ਼ੀ ਰਹਿ ਪਹਿਲਾਂ ਮੈਂ ਅਸੀਂ 25-26 ਸਾਲ ਤੈਨੂੰ ਇੱਥੇ ਰੱਖਿਆ ਠੀਕ ਆ ਬਾਕੀ ਟੈਨਸ਼ਨ ਨਹੀਂ ਲੈਣੀ ਠੀਕ ਆ ਡੈਡੀ ਜੀ ਬੇਟਾ ਜਾ ਕੇ ਤੂੰ ਹੁਣ ਫਰੈਸ਼ ਫਰੂਸ਼ ਹੋ ਜਾ ਚਾਹ ਪਾਣੀ ਪੀ ਸ਼ਬਦ ਤੋਂ ਥੱਕੀ ਆਈ ਹਾਂ ਬਾਕੀ ਗੱਲ ਬਾਅਦ 'ਚ ਕਰਦੇ ਹਾਂ ਹਾਂਜੀ ਠੀਕ ਆ ਡੈਡੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਇਹ ਛੋਟੀ ਜਿਹੀ ਵੀਡੀਓ ਬਣਾ ਕੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਜੀ ਕਿ ਕੋਈ ਵੀ ਬੰਦਾ ਆ ਜੇ ਮੰਨ ਲਓ ਗ੍ਰਸਤ ਜੀਵਨ ਵਿੱਚ ਰਹਿੰਦਾ ਆ ਤਾਂ ਉਹਦੇ ਗੁੱਸੇ 'ਤੇ ਕੰਟਰੋਲ ਹੋਣਾ ਚਾਹੀਦਾ ਆ ਵੈਸੇ ਵੀ ਮੈਨੂੰ ਨਾ ਗੁੱਸੇ 'ਤੇ ਇੱਕ ਗੱਲ ਯਾਦ ਆ ਗਈ ਕਿ ਇੱਕ ਵਾਰੀ ਕਿਸੇ ਸਟੂਡੈਂਟ ਨੇ ਪੁੱਛਿਆ ਆਪਣੇ ਟੀਚਰ ਕੋਲੋਂ ਕਿ ਉਸਤਾਦ ਜੀ ਜਦੋਂ ਬੰਦਾ ਗੁੱਸੇ ਵਿੱਚ ਹੁੰਦਾ ਆ ਤਾਂ ਉਦੋਂ ਜ਼ੋਰ ਜ਼ੋਰ ਨਾਲ ਗੱਲਾਂ ਕਿਉਂ ਕਰਦਾ ਆ ਉਦੋਂ ਚੀਕ ਚੀਕ ਕੇ ਗੱਲਾਂ ਕਿਉਂ ਕਰਦਾ ਆ ਅਤੇ ਉਹਨਾਂ ਦੇ ਅਧਿਆਪਕ ਨੇ ਬੜਾ ਸੋਹਣਾ ਜਵਾਬ ਦਿੱਤਾ ਕਿ ਬੇਟਾ ਜਦੋਂ ਬੰਦਾ ਗੁੱਸੇ ਵਿੱਚ ਹੁੰਦਾ ਆ ਨਾ ਉਦੋਂ ਇਸ ਕਰਕੇ ਚੀਕ ਚੀਕ ਕੇ ਗੱਲਾਂ ਕਰਦਾ ਆ ਕਿਉਂਕਿ ਉਹਨਾਂ ਦੇ ਵਿਚਕਾਰ ਉਹਨਾਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਦੂਰੀਆਂ ਹੁੰਦੀਆਂ ਨੇ ਅਤੇ ਜਦੋਂ ਕੋਈ ਚੀਜ਼ ਦੂਰ ਹੁੰਦੀ ਆ ਨਾ ਤਾਂ ਆਪਣੀ ਗੱਲ ਪਹੁੰਚਾਉਣ ਵਾਸਤੇ ਚੀਕ ਚੀਕ ਕੇ ਬੋਲਣਾ ਪੈਂਦਾ ਆ ਅਤੇ ਜਦੋਂ ਦਿਲਾਂ ਵਿੱਚ ਨਜ਼ਦੀਕੀਆਂ ਹੋਣ ਤਾਂ ਉਦੋਂ ਤਾਂ ਫਿਰ ਬੰਦਾ ਇਸ਼ਾਰਿਆਂ ਨਾਲ ਹੀ ਗੱਲ ਸਮਝ ਜਾਂਦਾ ਆ ਬੋਲਣ ਦੀ ਵੀ ਲੋੜ ਨਹੀਂ ਪੈਂਦੀ ਚੀਕ ਚੀਕ ਕੇ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਆ ਇਸ ਕਰਕੇ ਅਸੀਂ ਵੀ ਆਮ ਹੀ ਦੇਖਦੇ ਹਾਂ ਫਿਲਮਾਂ ਵਿੱਚ ਵੀ ਜਦੋਂ ਬੰਦਾ ਪਿਆਰ ਨਾਲ ਗੱਲ ਕਰਦਾ ਆ ਅਤੇ ਉਦੋਂ ਹੌਲੀ ਹੌਲੀ ਗੱਲਾਂ ਕਰਦੇ ਆ ਜਦੋਂ ਬੰਦਾ ਗੁੱਸੇ ਵਿੱਚ ਹੁੰਦਾ ਤਾਂ ਉਦੋਂ ਬੰਦਾ ਚੀਕ ਚੀਕ ਕੇ ਗੱਲਾਂ ਕਰਦਾ ਆ ਅਤੇ ਇਸ ਕਰਕੇ ਅਸੀਂ ਵੀ ਇਹੋ ਚਾਹੁੰਦੇ ਹਾਂ ਕਿ ਤੁਸੀਂ ਵੀ ਸਾਰੇ ਜਣੇ ਆਪਣੇ ਗੁੱਸੇ 'ਤੇ ਕੰਟਰੋਲ ਰੱਖਿਆ ਕਰੋ ਅਤੇ ਹੱਸੀ ਖੁਸ਼ੀ ਆਪਣਾ ਜੀਵਨ ਬਤੀਤ ਕਰੋ ਅਤੇ ਜੇ ਤੁਹਾਨੂੰ ਵੀਡੀਓ ਵਿੱਚ ਦਿੱਤਾ ਮੈਸੇਜ ਵਧੀਆ ਲੱਗਿਆ ਹੋਵੇ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਲਾਈਕ ਕਰੋ ਅਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਹਾਂਜੀ ਅਤੇ ਜੇ ਤੁਸੀਂ ਸਾਡੇ ਚੈਨਲ ਬੀਂਗ ਸਿੱਖ 'ਤੇ ਫਸਟ ਟਾਈਮ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਨਾਲ ਦੀ ਨਾਲ ਸਾਡੇ ਇੰਸਟਾਗ੍ਰਾਮ ਪੇਜ ਨੂੰ ਵੀ ਫੋਲੋ ਕਰ ਲਿਓ ਇੰਸਟਾਗ੍ਰਾਮ ਆਈਡੀ ਆ ਜੀ ਤਜਿੰਦਰ tajinder.sandeep ਉੱਥੇ ਅਸੀਂ ਰੋਜ਼ ਕੁਛ ਨਾ ਕੁਛ ਅਪਡੇਟ ਕਰਦੇ ਰਹੀਦਾ ਆ ਅਤੇ ਜ਼ਰੂਰ ਇੱਕ ਵਾਰੀ ਜਾ ਕੇ ਇੰਸਟਾ ਆਈਡੀ ਜ਼ਰੂਰ ਚੈੱਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ